three siblings of Nadampur village are living at the mercy of villagers because Punjab government has stopped their pension from last 2 years. The officers of Punjab government say the siblings need to prove their blindness with their disability certificates. ਇਹਨਾਂ ਦੇ ਆਧਾਰ ਕਾਰਡ ਨਹੀਂ ਬਣਦੇ ਹੈਗੇ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਆਉਂਦੇ ਹੈਗੇ, ਵੀ ਨਾ ਇਹਨਾਂ ਦੀ ਅੱਖਾਂ ਦੀ ਸਕਰੀਨਿੰਗ ਆਉਂਦੀ ਆ, ਵੀ ਇਹਨਾਂ ਦੇ ਆਧਾਰ ਕਾਰਡ ਬਣਦੇ ਨਹੀਂ. ਫਿਰ ਜਦੋਂ ਇਹ ਪੈਨਸ਼ਨਾਂ ਕੱਟੀਆਂ ਨੇ, ਵੀ ਜਿਹਨਾਂ ਦੇ ਮੈਡੀਕਲ ਸਰਟੀਫਿਕੇਟ ਨਹੀਂ ਹੈਗੇ ਉਹਨਾਂ ਦੇ ਪੈਨਸ਼ਨਾਂ ਕੱਟ ਦਿਓ, ਉਹ ਕੱਟੀਆਂ ਗਈਆਂ, ਫਿਰ ਇਹਨਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਬਣਦਾ ਸੀਗਾ. ਜਾਤੀ ਆ ਜੀ, ਬਹੁਤ ਟਾਈਮ ਤੋਂ ਜੀ, ਅਸੀਂ ਤਾਂ ਇੱਦਾਂ ਹੀ ਦੇਖਦੇ ਹਾਂ ਜੀ. ਚਲੋ ਸਾਨੂੰ ਪਿੰਡ 'ਚੋਂ ਪਤਾ ਲੱਗਿਆ ਸੀ, ਅਸੀਂ ਇੱਕ ਦਿਨ ਆਏ ਜੀ, ਅਤੇ ਫਿਰ ਅਸੀਂ ਗੱਲ ਕਰੀ, ਅਤੇ ਹੁਣ ਇਹਨਾਂ ਦਾ ਖਰਚਾ ਪਾਣੀ ਜੋ ਅਸੀਂ ਮੁੰਡੇ ਹਾਂ ਉਹ ਪੈਸੇ ਢਾਲਦੇ ਹਾਂ ਥੋੜ੍ਹੇ ਥੋੜ੍ਹੇ, ਬਾਕੀ ਜੋ ਹੋਰ ਹੁੰਦੇ ਨੇ ਬਾਈ ਜਿਵੇਂ ਜੱਪ ਹਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਕੁਝ ਬੰਦਾ ਜੀ ਉਹ ਵੀ ਕਰਦੇ ਨੇ ਜੀ. 2 ਸਾਲ ਹੋ ਗਏ ਵੀਰ ਜੀ ਬਿਨਾਂ ਨੇ ਵੋਟਾਂ ਉਹ ਕੱਟੀਆਂ ਨੂੰ ਜੀ, ਪਿਲਸਣਾਂ ਕੱਟੀਆਂ ਨੂੰ ਜੀ, ਵੀ ਇਹਨਾਂ ਦਾ ਕੋਈ ਖਰਚਾ ਉਹ ਨਹੀਂ ਹੈਗਾ ਜੀ, ਅਸੀਂ ਉਹ ਸਾਂਭਦੇ ਹਾਂ ਜੀ, ਦੇਖਭਾਲ ਕਰਦੇ ਹਾਂ. ਆਹ ਵੀਰ ਜੀ ਨੇ ਬਸ ਕਮੇਟੀ ਵਾਲੇ ਇਹ ਮਦਦ ਕਰ. ਆਫਟਰ ਦਾ ਟ੍ਰਿਬਿਊਨ ਹਾਈਲਾਈਟਡ ਦੀ ਇਸ਼ੂ, ਦੀ ਅਥਾਰਟੀਜ਼ ਹੈਵ ਅਨਾਊਂਸ ਟੂ ਰੀਸਟਾਰਟ ਦੇਅਰ ਪੈਨਸ਼ਨ. ਇਹ ਜਿਹੜੇ ਕੱਲ੍ਹ ਨਦਾਮਪੁਰ ਦੀ ਪੰਜਾਬ ਇੰਗਲਿਸ਼ ਟ੍ਰਿਬਿਊਨ ਜਿਹੜੀ ਖਬਰ ਲੱਗੀ ਹੈ, ਇਹਦੇ ਰਿਗਾਰਡਿੰਗ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ 2017 'ਚ ਸਰਕਾਰ ਵੱਲੋਂ ਪੜਤਾਲ ਕਰਵਾਈ ਗਈ ਸੀ ਸਾਰੀ ਸਕੀਮਾਂ ਦੀ, ਇਨਕਲੂਡਿੰਗ ਡਿਸੇਬਿਲਟੀ ਦੀ, ਵਿਡੋਜ਼ ਦੀ, ਹੈਂਡੀਕੈਪਸ ਦੀ ਔਰ ਆਪਣੀ ਓਲਡ ਏਜ ਪੈਨਸ਼ਨਸ ਦੀ. ਉਹਦੇ 'ਚ ਜਿਹੜੇ ਕਿ ਅਸੀਂ ਜਿਹੜੇ ਡਿਸੇਬਲ ਪਰਸਨਸ ਨੇ ਉਹਨਾਂ ਤੋਂ ਮੈਡੀਕਲ ਸਰਟੀਫਿਕੇਟ ਅਸੀਂ ਮੰਗੇ ਸੀਗੇ. ਤੁਸੀਂ ਨਿਊਜ਼ ਪੜ੍ਹੀ ਹੋਣੀ, ਨਿਊਜ਼ 'ਚ ਉਹਨਾਂ ਨੇ ਵੀ ਲਿਖਿਆ ਵੀ ਉਹਨਾਂ ਕੋਲ ਮੈਡੀਕਲ ਸਰਟੀਫਿਕੇਟ ਨਹੀਂ ਸੀਗੇ, ਇਸ ਕਰਕੇ ਉਹ ਪ੍ਰੋਡਿਊਸ ਨਹੀਂ ਕਰ ਸਕੇ, ਜਿਸ ਕਰਕੇ ਉਹਨਾਂ ਦੀ ਪੈਨਸ਼ਨ ਜਿਹੜੀ ਵਿਦਹੈਲਡ ਕਰ ਲਿੱਤੀ ਗਈ ਸੀ. ਹੁਣ ਉਹ ਅੱਜ ਸਾਨੂੰ ਆਪਣੇ ਸਰਟੀਫਿਕੇਟ ਦੇ ਕੇ ਜਾ ਰਹੇ ਨੇ, ਉਹਨਾਂ ਦੀ ਪੈਨਸ਼ਨ ਅਸੀਂ ਰੀਸਟਾਰਟ ਕਰਦਾ. ਦਿਸ ਇਜ਼ ਪ੍ਰਵੇਸ਼ ਸ਼ਰਮਾ ਫਰ ਦਾ ਟ੍ਰਿਬਿਊਨ, ਸੰਗਰੂਰ.